ਰਵਣ ਸਿੰਘ ਪੰਦੇਰ ਜੀ ਅੱਜ ਦਾਦੂਪੁਰਾ ਨਗਰ ਚ ਖਲੋਤੇ ਮਜੀਠਾ ਅੰਮ੍ਰਿਤਸਰ ਏਰੀਆ ਵਾ ਇੱਥੇ ਤੁਸੀਂ ਵੇਖ ਸਕਦੇ ਹੋ ਮਤਾਵਾ ਪੈਣਾ ਦੀ ਕਮੇਟੀ ਬਣਾਈ ਆ ਕਿਸਾਨ ਮਜ਼ਦੂਰ ਬੈਠੇ ਆ ਔਰ ਇਹ ਸ਼ੰਭੂ ਵਾਸਤੇ ਜੜਾ ਵਾ 10 ਨਵੰਬਰ ਨੂੰ ਜਥਾ ਅੰਮ੍ਰਿਤਸਰ ਜ਼ਿਲ੍ਹੇ ਦਾ ਜਾਣਾ ਉਹਦੀ ਤਿਆਰੀ ਆਪਾਂ ਕਰ ਰਹੇਗੇ ਹੈਗੇ ਆ ਤੇ ਪਹਿਲੋ ਤੁਹਾਨੂੰ ਪਤਾ ਵਾ ਮਾਲਵੇ ਦਾ ਜਥਾ ਹੁਣ ਇਸ ਵੇਲੇ ਸਾਡਾ ਸ਼ੰਭੂ ਮੋਰਚੇ ਤੇ ਪਹੁੰਚਿਆ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਮਾਲਵੇ ਦਾ ਦੂਜਾ ਜਥਾ ਉੱਥੇ ਜਾਣਾ ਹੈਗਾ ਜਿਵੇਂ ਝੋਨਾ ਮੰਡੀਆਂ ਚ ਰਲ ਰਿਹਾ ਹੈਗਾ ਮੁੱਖ ਮੰਤਰੀ ਸਾਹਿਬ ਦੇ 2 ਦਿਨ ਨਿਕਲ ਗਏ ਆ ਵੀ 2 ਦਿਨ ਦਾ ਸਮਾਂ ਲਿਆ ਹੈਗਾ ਔਰ ਅੱਜ ਦੁਆਬੇ ਦੇ ਵਿੱਚ ਵੀ ਵੱਡਾ ਐਕਸ਼ਨ ਬੀਕੇਜੂ ਦੁਆਬਾ ਕਰੂਗੀ ਇਹਦੋਂ ਗਾਂ ਮੱਝ ਚ ਲਗਾਤਾਰ ਮਾਰਕੀਟ ਕਮੇਟੀਆਂ ਦਾ ਮਾਲ ਵਿੱਚ ਲਗਾਤਾਰ ਘਰਾਓ ਚੱਲ ਰਿਹਾ ਔਰ ਮਹੌਸਲ ਜਿਹੜਾ ਵਾ ਉਹ 10 11 12 13 14 15 ਤੱਕ ਦਾ ਮੌਇਸਚਰ ਡਾਊਨ ਜਾ ਰਿਹਾ ਫਿਰ ਵੀ ਝੋਨੇ ਦੀ ਖਰੀਦ ਤੇ ਸਮੱਸਿਆ ਆ ਰਹੀ ਆ ਅਸੀਂ ਪੰਜਾਬ ਸਰਕਾਰ ਨੂੰ ਕੇਂਦਰ ਨੂੰ ਚੇਤਾਵਨੀ ਦੇ ਰਹੇ ਹਾਂ ਇਹ ਸਾਰੀ ਸਮੱਸਿਆ ਕੇਂਦਰ ਨੇ ਗਿਣਮਿੱਥ ਕੇ ਪਾਈ ਹੋਈ ਆ ਅਰ ਇਹ ਖੇਤੀ ਮੰਡੀ ਦੀ ਖਰੀਦ ਵਾਲੇ ਮਸਲੇ ਤੋਂ ਭੱਜਣਾ ਚਾਹੁੰਦੇ ਆ ਮੰਡੀ ਪ੍ਰਾਈਵੇਟ ਕਰਨਾ ਚਾਹੁੰਦੇ ਆ ਆਖਰ ਤਾਂ ਜ਼ਮੀਨਾਂ ਤੇ ਹੀ ਹਮਲਾ ਵਾ ਜਿਹੜੀ ਗੱਲ ਅਸੀਂ ਕਹਿੰਦੇ ਸੀ ਇਸ ਕਰਕੇ ਪੰਜਾਬ ਸਰਕਾਰ ਨੂੰ ਚੇਤਾਵਨੀ ਆ ਜੇ ਇਹ ਨਾ ਨਵੇੜਿਆ ਤੇ ਆਉਣ ਵਾਲੇ ਦਿਨਾਂ ਚ ਪੰਜਾਬ ਪੂਰੀ ਤਰ੍ਹਾਂ ਜਾਮ ਹੋਊਗਾ ਜੇ ਦੀ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਤੇ ਕੇਂਦਰ ਸਰਕਾਰ ਦੀ ਹੋਊਗੀ ਡੀਪੀ ਦਾ ਕਰਾਈਸਿਸ ਵੀ ਬਹੁਤ ਵੱਡਾ ਡੀਪੀ ਨਹੀਂ ਮਿਲ ਰਹੀ ਹੈਗੀ ਹਜੇ ਤੱਕ ਅਗਲੇ ਬੰਨੇ ਲੋਕ ਹਜੇ ਝੋਨਾ ਵਿੱਚ ਰਹੇ ਗਾਂ ਕਣਕ ਦੀ ਬਜਾਈ ਕਰਨੀ ਆ ਹਜੇ ਗਾਂ ਕਣਕ ਦੇ ਬੀਜ ਤੇ ਸਬਸਿਡੀ ਕਿੰਨੀ ਹੋਊਗੀ ਹਜੇ ਤੱਕ ਇਹ ਵੀ ਪੰਜਾਬ ਸਰਕਾਰ ਨੇ ਸਿਰੇ ਨਹੀਂ ਲਾਇਆ ਹੈਗਾ ਤੋਂ ਹੌਂੜਲੇ ਸਮੇਂ ਚ ਗਰਦਾਸਪੁਰ ਅੱਜ ਦੁਆਬੇ ਚ ਵੀ ਐਕਸ਼ਨ ਹੋ ਰਿਹਾ ਅਸੀਂ ਦੋਵੇਂ ਫੋਰਮ ਜਿੱਥੇ ਜਿੱਥੇ ਵੀ ਝੋਨੇ ਦੀ ਖਰੀਦ ਨਹੀਂ ਹੋ ਰਹੀ ਜਿੱਥੇ ਜਿੱਥੇ ਵੀ ਸੰਘਰਸ਼ ਹੋ ਰਿਹਾ ਅਸੀਂ ਸਾਰਿਆਂ ਦਾ ਸਮਰਥਨ ਕਰਦੇ ਆਂ ਭਾਵੇਂ ਸਰਕਾਰ ਨੇ ਜ਼ੋਰ ਲਾਇਆ ਹਿਸ਼ਾਰਪੁਰ ਪੰਗਾਲੇ ਦੇ ਵਿੱਚ ਜ਼ਬਰਦਸਤੀ ਧਰਨਾ ਠਾਲਣ ਦਾ ਇਹੋ ਜਿਹੇ ਕੰਮ ਮਹਿੰਗੇ ਪੈ ਜਾਣਗੇ ਜੇ ਇਹੋ ਜੇ ਕੀਤੇ ਤਾਂ ਇਸ ਕਰਕੇ ਤੁਰੰਤ ਝੋਨੇ ਦੀ ਜਿਹੜੀ ਖਰੀਦ ਆ ਉਹ ਕੀਤੀ ਜਾਵੇ ਧੰਨਵਾਦ ਰਵਣ ਸਿੰਘ ਪੰਦੇਰ ਜੀ ਅੱਜ ਦਾਦੂਪੁਰਾ ਨਗਰ ਚ ਖਲੋਤੇ ਮਜੀਠਾ ਅੰਮ੍ਰਿਤਸਰ ਏਰੀਆ ਵਾ ਇੱਥੇ ਤੁਸੀਂ ਵੇਖ ਸਕਦੇ ਹੋ ਮਤਾਵਾ ਪੈਣਾ ਦੀ ਕਮੇਟੀ ਬਣਾਈ ਆ ਕਿਸਾਨ ਮਜ਼ਦੂਰ ਬੈਠੇ ਆ ਔਰ ਇਹ ਸ਼ੰਭੂ ਵਾਸਤੇ ਜੜਾ ਵਾ 10 ਨਵੰਬਰ ਨੂੰ ਜਥਾ ਅੰਮ੍ਰਿਤਸਰ ਜ਼ਿਲ੍ਹੇ ਦਾ ਜਾਣਾ ਉਹਦੀ ਤਿਆਰੀ ਆਪਾਂ ਕਰ ਰਹੇਗੇ ਹੈਗੇ ਆ ਤੇ ਪਹਿਲੋ ਤੁਹਾਨੂੰ ਪਤਾ ਵਾ ਮਾਲਵੇ ਦਾ ਜਥਾ ਹੁਣ ਇਸ ਵੇਲੇ ਸਾਡਾ ਸ਼ੰਭੂ ਮੋਰਚੇ ਤੇ ਪਹੁੰਚਿਆ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਮਾਲਵੇ ਦਾ ਦੂਜਾ ਜਥਾ ਉੱਥੇ ਜਾਣਾ ਹੈਗਾ ਜਿਵੇਂ ਝੋਨਾ ਮੰਡੀਆਂ ਚ ਰਲ ਰਿਹਾ ਹੈਗਾ ਮੁੱਖ ਮੰਤਰੀ ਸਾਹਿਬ ਦੇ 2 ਦਿਨ ਨਿਕਲ ਗਏ ਆ ਵੀ 2 ਦਿਨ ਦਾ ਸਮਾਂ ਲਿਆ ਹੈਗਾ ਔਰ ਅੱਜ ਦੁਆਬੇ ਦੇ ਵਿੱਚ ਵੀ ਵੱਡਾ ਐਕਸ਼ਨ ਬੀਕੇਜੂ ਦੁਆਬਾ ਕਰੂਗੀ ਇਹਦੋਂ ਗਾ ਮੱਝ ਚ ਲਗਾਤਾਰ ਮਾਰਕੀਟ ਕਮੇਟੀਆਂ ਦਾ ਮਾਲ ਵਿੱਚ ਲਗਾਤਾਰ ਘਰਾਓ ਚੱਲ ਰਿਹਾ ਔਰ ਮਹੌਸਲ ਜਿਹੜਾ ਵਾ ਉਹ 10 11 12 13 14 15 ਤੱਕ ਦਾ ਮੌਇਸਚਰ ਡਾਊਨ ਜਾ ਰਿਹਾ ਫਿਰ ਵੀ ਝੋਨੇ ਦੀ ਖਰੀਦ ਤੇ ਸਮੱਸਿਆ ਆ ਰਹੀ ਆ ਅਸੀਂ ਪੰਜਾਬ ਸਰਕਾਰ ਨੂੰ ਕੇਂਦਰ ਨੂੰ ਚੇਤਾਵਨੀ ਦੇ ਰਹੇ ਆ ਇਹ ਸਾਰੀ ਸਮੱਸਿਆ ਕੇਂਦਰ ਨੇ ਗਿਣਮਿੱਥ ਕੇ ਪਾਈ ਹੋਈ ਆ ਅਰ ਇਹ ਖੇਤੀ ਮੰਡੀ ਦੀ ਖਰੀਦ ਵਾਲੇ ਮਸਲੇ ਤੋਂ ਭੱਜਣਾ ਚਾਹੁੰਦੇ ਆ ਮੰਡੀ ਪ੍ਰਾਈਵੇਟ ਕਰਨਾ ਚਾਹੁੰਦੇ ਆ ਆਖਰ ਤਾਂ ਜ਼ਮੀਨਾਂ ਤੇ ਹੀ ਹਮਲਾ ਵਾ ਜਿਹੜੀ ਗੱਲ ਅਸੀਂ ਕਹਿੰਦੇ ਸੀ ਇਸ ਕਰਕੇ ਪੰਜਾਬ ਸਰਕਾਰ ਨੂੰ ਚੇਤਾਵਨੀ ਆ ਜੇ ਇਹ ਨਾ ਨਵੇੜਿਆ ਤੇ ਆਉਣ ਵਾਲੇ ਦਿਨਾਂ ਚ ਪੰਜਾਬ ਪੂਰੀ ਤਰ੍ਹਾਂ ਜਾਮ ਹੋਊਗਾ ਜੇ ਦੀ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਤੇ ਕੇਂਦਰ ਸਰਕਾਰ ਦੀ ਹੋਊਗੀ ਡੀਪੀ ਦਾ ਕਰਾਈਸਿਸ ਵੀ ਬਹੁਤ ਵੱਡਾ ਡੀਪੀ ਨਹੀਂ ਮਿਲ ਰਹੀ ਹੈਗੀ ਹਜੇ ਤੱਕ ਅਗਲੇ ਬੰਨੇ ਲੋਕ ਹਜੇ ਝੋਨਾ ਵਿੱਚ ਰਹੇ ਗਾਂ ਕਣਕ ਦੀ ਬਜਾਈ ਕਰਨੀ ਆ ਹਜੇ ਗਾਂ ਕਣਕ ਦੇ ਬੀਜ ਤੇ ਸਬਸਿਡੀ ਕਿੰਨੀ ਹੋਊਗੀ ਹਜੇ ਤੱਕ ਇਹ ਵੀ ਪੰਜਾਬ ਸਰਕਾਰ ਨੇ ਸਿਰੇ ਨਹੀਂ ਲਾਇਆ ਹੈਗਾ ਤੋਂ ਹੰਡਾਲੇ ਸਮੇਂ ਜੀ ਗਰਦਾਸਪੁਰ ਅੱਜ ਦੁਆਬੇ ਚ ਵੀ ਐਕਸ਼ਨ ਹੋ ਰਿਹਾ ਅਸੀਂ ਦੋਵੇਂ ਫੋਰਮ ਜਿੱਥੇ ਜਿੱਥੇ ਵੀ ਚੋਣੇ ਦੀ ਖਰੀਦ ਨਹੀਂ ਹੋ ਰਹੀ ਜਿੱਥੇ ਜਿੱਥੇ ਵੀ ਸੰਘਰਸ਼ ਹੋ ਰਿਹਾ ਅਸੀਂ ਸਾਰਿਆਂ ਦਾ ਸਮਰਥਨ ਕਰਦੇ ਆਂ ਭਾਵੇਂ ਸਰਕਾਰ ਨੇ ਜ਼ੋਰ ਲਾਇਆ ਹਿਸ਼ਾਰਪੁਰ ਪੰਗਾਲੇ ਦੇ ਵਿੱਚ ਜ਼ਬਰਦਸਤੀ ਧਰਨਾ ਠਾਲਣ ਦਾ ਇਹੋ ਜਿਹੇ ਕੰਮ ਮਹਿੰਗੇ ਪੈ ਜਾਣਗੇ ਜੇ ਇਹੋ ਜੇ ਕੀਤੇ ਤਾਂ ਇਸ ਕਰਕੇ ਤੁਰੰਤ ਚੋਣੇ ਦੀ ਜਿਹੜੀ ਖਰੀਦ ਆ ਉਹ ਕੀਤੀ ਜਾਵੇ ਧੰਨਵਾਦ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ